ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਛੋਟਾ ਵੀਰ ਪ੍ਰੀਤ ਪੁਰਬਾ, ਪਿੰਡ ਗਹਿਰੀ ਮੰਡੀ। ਅੱਜ ਬਹੁਤ ਹੀ ਸੀਰੀਅਸ ਗੱਲ ਲੈ ਕੇ ਹਾਜ਼ਰ ਹੋਏ ਹਾਂ। ਸਾਰਿਆਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ, ਪੂਰੇ ਮੁਲਕਾਂ ਨੇ ਇਸ ਗੱਲ ਦਾ ਅਫਸੋਸ ਜ਼ਾਹਿਰ ਕੀਤਾ ਹੈ ਜੋ ਪਾਕਿਸਤਾਨ ਦੇ ਵਿੱਚ ਤਾਲਿਬਾਨ ਵਾਲਿਆਂ ਨੇ ਬੱਚਿਆਂ ਦੇ ਨਾਲ ਜ਼ੁਲਮ ਕੀਤਾ ਹੈ। ਉਸ ਬਾਰੇ ਮੇਰੇ ਛੋਟੇ ਵੀਰ ਮਨਪ੍ਰੀਤ ਨੇ ਕਿਵੇਂ ਆਪਣੇ ਲਫ਼ਜ਼ਾਂ ਦੇ ਵਿੱਚ ਦੁੱਖ ਪ੍ਰਗਟਾਇਆ ਹੈ। ਜਿੰਦ ਨਿਮਾਣੀਆਂ ਤੇ ਕੀਤਾ ਕਹਿਰ ਬੁਰਾ, ਕੌਣ ਕਹੇਗਾ ਤੁਹਾਨੂੰ ਇਨਸਾਨ ਪਾਪੀਓ, ਕੀ ਕਸੂਰ ਸੀ ਉਹਨਾਂ ਬੱਚਿਆਂ ਦਾ, ਮਾਰੇ ਨੇ ਜੋ ਬਣ ਕੇ ਹੈਵਾਨ ਪਾਪੀਓ। ਉਹ ਬਾਗ ਫੁੱਲਾਂ ਦਾ ਤੁਸੀਂ ਉਜਾੜ ਦਿੱਤਾ, ਭੋਰਾ ਦਿਲੋਂ ਨਾ ਕੀਤਾ ਅਹਿਸਾਨ ਪਾਪੀਓ, ਮੰਦਰ ਵਿਦਿਆ ਦਾ ਤੁਸੀਂ ਨਾ ਬਖਸ਼ ਪਾਏ, ਭੁੱਲੇ ਆਪਣਾ ਦੀਨ ਇਮਾਨ ਪਾਪੀਓ। ਕੀ ਫਾਇਦਾ ਹੈ ਇਸ ਸਮਾਜ ਦਾ ਜੇ ਦਿਲ ਵਿੱਚ ਨਾ ਰਹਿਮ ਦਾ ਨਾ ਪਾਪੀਓ, ਕਦੇ ਤਾਸ਼ ਕਦੇ ਈਰਾਨ ਵਿੱਚ ਮਾਰੇ ਹਜ਼ਾਰਾਂ ਹੀ ਤੁਸੀਂ ਇਨਸਾਨ ਪਾਪੀਓ। ਹਾਸਲ ਹੋਣਾ ਨਾ ਕੋਈ ਮੁਕਾਮ ਪਾਪੀਓ, ਤਾਲਿਬਾਨ ਕਹਾ ਕੇ ਮਹਾਨ ਨਹੀਂ ਹੋਣਾ ਜੇ ਮਨ ਵਿੱਚ ਹੈ ਸ਼ੈਤਾਨ ਪਾਪੀਓ। ਪੈਣੀ ਦੁਨੀਆ ਦੀ ਫਿਟਕਾਰ ਤੁਹਾਨੂੰ, ਲਾਨਤ ਪਾਉ ਕੁੱਲ ਜਹਾਨ ਪਾਪੀਓ। ਮਨਪ੍ਰੀਤ ਵੀ ਖੁਦਾ ਨਾ ਕਰੂ ਮਾਫ, ਜੋ ਕੀਤਾ ਕਹਿਰ ਹਰਾਮ ਪਾਪੀਓ। ਬਸ ਦੇ ਦਿਓ ਮਨਪ੍ਰੀਤ ਜਵਾਬ ਇੱਕੋ, ਕਿਉਂ ਨਿਆਣਿਆਂ ਤੇ ਕੀਤਾ ਕਹਿਰ ਬੁਰਾ, ਕੌਣ ਕਹੇਗਾ ਤੁਹਾਨੂੰ ਇਨਸਾਨ ਪਾਪੀਓ, ਕੌਣ ਕਹੇਗਾ ਤੁਹਾਨੂੰ ਇਨਸਾਨ ਪਾਪੀਓ। ਅਲਵਿਦਾ ਦੋਸਤੋ।